ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਬਲੌਗਰ ਰਿਤਿਕਾ ਸ਼ਰਮਾ ਰੀਅਲ ਲਾਈਫ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇੱਕ ਹੋਰ ਨਵਾਂ ਬਲੌਗ। ਅੱਜ ਅਸੀਂ ਬਾਹਰ ਪਲਾਟ ਦੀ ਸਾਫ਼ ਸਫਾਈ ਕੀਤੀ ਸੀਗੀ, ਬਾਹਰ ਗਲੀ ਸਾਫ਼ ਕੀਤੀ ਸੀ, ਸਾਡੀਆਂ ਗਲੀਆਂ ਕੱਚੀਆਂ ਨੇ ਅਤੇ ਆਪ ਸਾਫ਼ ਸਫਾਈ ਕਰਨੀ ਪੈਂਦੀ ਆ। ਬਸ ਅੱਜ ਜੋ ਕੀਤਾ ਸੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ, ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਅਸੀਂ ਇਹ ਪਲਾਟ ਸਾਫ਼ ਕਰ ਰਹੇ ਹਾਂ, ਕੁਛ ਬੇਲਾਂ ਬੁੱਲਾਂ ਸਾਫ਼ ਕਰਕੇ ਸ਼ਰਮਾ ਜੀ ਚੱਲ ਗਏ ਅਤੇ ਇੱਧਰੋਂ ਆ ਗਲੀ ਦਾ ਘਾਹ ਘੂਹ ਜਿਹਾ ਪੱਟਣਾ ਹੈ। ਬਸ ਉਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ। ਅੱਜ ਸੰਡੇ ਆ, ਜੋ ਵੀ ਅੱਜ ਸੰਡੇ ਨੂੰ ਕੀਤਾ ਸੀਗਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਕਹੀ ਚੱਕ ਲਿਆਈ ਮੈਂ, ਅਸੀਂ ਤਾਂ ਕਹੀ ਕਹਿੰਦੇ ਹਾਂ ਪੰਜਾਬੀ 'ਚ, ਬਾਕੀ ਮੈਨੂੰ ਪਤਾ ਨਹੀਂ ਕੌਣ ਕੀ ਕਹਿੰਦਾ। ਅਤੇ ਉਹ ਪਿੱਛੇ ਸੀਗਾ ਬਿਹਾਰੀ ਬਾਬੂ, ਮੈਂ ਉਹਨੂੰ ਕਹਿ ਰਹੀ ਸੀ, ਮੈਂ ਕਿਹਾ ਤੇਰੀ ਵੀਡੀਓ ਬਣਦੀ ਪਈ ਆ, ਮੈਂ ਕਿਹਾ ਇੱਕ ਵਾਰ ਦੱਸ ਦੇਵਾਂ ਨਾ, ਕਈ ਵਾਰ ਕਈਆਂ ਨੂੰ ਹੁੰਦਾ ਕਿ ਸਾਡੀ ਵੀਡੀਓ ਬਣਾ ਰਹੇ ਹੋ। ਅਤੇ ਪਿੱਛੇ ਬਿਹਾਰੀ ਬਾਬੂ ਕੱਪੜੇ ਧੋ ਰਿਹਾ, ਇੱਥੇ ਇੱਦਾਂ ਹੀ ਚੱਲਦਾ ਰਹਿੰਦਾ, ਕੱਪੜੇ, ਭਾਂਡੇ, ਬ੍ਰੱਸ਼ ਸਭ ਇੱਥੇ ਹੀ ਚੱਲਦਾ ਰਹਿੰਦਾ, ਡੋਂਟ ਮਾਇੰਡ। ਅਤੇ ਮੈਂ ਲੱਗੀ ਹੋਈ ਹਾਂ ਗਲੀ ਸਾਫ਼ ਕਰਨ, ਧੁੱਪ ਕਦੀ ਬੱਦਲ ਹੋ ਜਾਂਦੀ ਹੈ ਕਦੀ ਧੁੱਪ, ਇਸ ਕਰਕੇ ਮੈਂ ਮੂੰਹ ਬੰਨ ਲਿਆ ਸੀ ਕਿਤੇ ਧੁੱਪ ਨਾਲ ਮੇਰੀ ਸਕਿਨ ਨਾ ਖਰਾਬ ਹੋ ਜਾਵੇ। ਇਹ ਸਾਫ਼ ਸਫਾਈ ਇਹ ਨਹੀਂ ਹੈਗਾ ਕਿ ਮੈਂ ਵੀਡੀਓ ਬਣਾ ਰਹੀ ਹਾਂ ਤਾਂ ਕਰਕੇ ਕਰਦੇ ਹਾਂ, ਅਤੇ ਸਾਨੂੰ ਇਹੀ ਸਾਫ਼ ਸਫਾਈ ਕਰਨੀ ਪੈਂਦੀ ਆ। ਸਾਡੇ ਅੱਗੇ ਗਲੀਆਂ ਕੱਚੀਆਂ ਨੇ, ਪਲਾਟ ਵੀ ਸਾਫ਼ ਕਰਨੇ ਪੈਂਦੇ ਆ। ਜਿਹਦੇ ਜਿਹਦੇ ਅੱਗੇ ਪਲਾਟ ਆਉਂਦਾ ਉਹ ਆਪਣੇ ਅੱਗੇ ਤੋਂ ਸਾਫ਼ ਕਰਦਾ ਰਹਿੰਦਾ, ਕਿਉਂਕਿ ਬਰਸਾਤ ਦਾ ਮੌਸਮ ਹੈ, ਸੋ ਜੀਵ ਜੰਤੂ ਨਿਕਲਦੇ ਆ। ਵੀਡੀਓ ਫਾਸਟ ਫਾਰਵਰਡ ਕੀਤੀ ਹੋਈ ਹੈ ਅਤੇ ਕਿੰਨਾ ਹਾਸਾ ਰਿਹਾ, ਜਿਹੜਾ ਕੋਈ ਆ ਜਾ ਰਿਹਾ ਉਹ, ਅਤੇ ਜਿਹੜਾ ਪਿੱਛੇ ਬਿਹਾਰੀ ਬਾਬੂ ਕੱਪੜੇ ਧੋ ਰਿਹਾ ਉਹਨੂੰ ਧਿਆਨ ਨਾਲ ਦੇਖੋ। ਪਹਿਲਾਂ ਮੈਂ ਜਿਹੜਾ ਵੱਡਾ ਵੱਡਾ ਘਾਹ ਸੀਗਾ ਉਹਨੂੰ ਕਹੀ ਨਾਲ ਸਾਫ਼ ਕੀਤਾ, ਹੁਣ ਖੁਰਪੀ ਦੇ ਨਾਲ ਨੀਚੇ ਤੋਂ ਜੜ੍ਹਾਂ ਕੱਢ ਰਹੀਆਂ ਉਹਦੀਆਂ, ਤਾਂ ਕਿ ਥੋੜ੍ਹੇ ਦਿਨ ਸਾਫ਼ ਰਹੇ। ਘਾਹ ਦੀਆਂ ਜਗੜਾਂ ਹੁੰਦੀਆਂ ਨੇ ਡੂੰਘੀਆਂ, ਅਤੇ ਫਿਰ ਉਹ ਜਲਦੀ ਫਿਰ ਪਾਣੀ ਮਿਲਦਾ, ਫਿਰ ਹਰਾ ਹੋ ਜਾਂਦਾ। ਇਸ ਕਰਕੇ ਖੁਰਪੀ ਦੇ ਨਾਲ ਬਹੁਤ ਜ਼ਿਆਦਾ ਹਾਰਡ ਵਰਕ ਕਰਨਾ ਪਿਆ ਤਾਂ ਇੰਨੀ ਕੁ ਜਗ੍ਹਾ ਸਾਫ਼ ਹੋਈ ਹੈ। ਦੇਖਣ 'ਚ ਥੋੜ੍ਹੀ ਜਿਹੀ ਜਗ੍ਹਾ ਲੱਗਦੀ ਆ, ਪਰ ਮੈਨੂੰ ਘੰਟੇ ਤੋਂ ਉੱਪਰ ਟਾਈਮ ਲੱਗ ਗਿਆ ਸੀ ਔਰ ਬਹੁਤ ਜ਼ਿਆਦਾ ਥਕਾਵਟ ਹੋਈ। ਆਹ ਵਾਲੀ ਜਗ੍ਹਾ ਮੈਂ ਸਾਫ਼ ਕੀਤੀ ਆ, ਅਸੀਂ ਆਪਣੇ ਅੱਗੇ ਤੋਂ ਸਾਫ਼ ਕਰ ਲਿਆ, ਹੁਣ ਪੜੋਸੀਆਂ ਨੇ ਆਪਦਾ ਕਰ ਲੈਣਾ ਹੈ ਸਾਫ਼। ਇੱਧਰੋਂ ਆਹ ਪਲਾਟ ਸਾਫ਼ ਕਰਤਾ, ਸਾਈਡ 'ਤੇ ਅੱਗ ਵੀ ਲਗਾਤੀ, ਜਿੰਨਾ ਕੁ ਸੁੱਕਾ ਨੂੰ ਅੱਗ ਲੱਗ ਜਾਣੀ ਆ ਬਾਕੀ ਨੂੰ ਬਾਅਦ 'ਚ ਲਗਾ ਦਾਂਗੇ। ਇੱਦਾਂ ਸਾਨੂੰ ਸਫਾਈ ਰੱਖਣੀ ਪੈਂਦੀ ਆ। ਇੱਥੇ ਕਰੇਲੇ ਦੇ ਬੇਲਾਂ ਸੀ ਤਾਂ ਕਰਕੇ ਸਾਰਾ ਸਾਫ਼ ਸਫਾਈ ਕਰਤੀ। ਇੱਧਰ ਦੇਖੋ ਭੰਗ ਹੀ ਭੰਗ, ਬਹੁਤ ਭੰਗ ਹੋ ਜਾਂਦੀ ਹੈ ਸਾਡੇ ਇੱਥੇ। ਹੈਲੋ ਜੀ, ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਬਲੌਗਰ ਰਿਤਿਕਾ ਸ਼ਰਮਾ ਰੀਅਲ ਲਾਈਫ। ਸ਼ਾਮ ਦੇ 6:40 ਹੋ ਰਹੇ ਆ ਔਰ ਸੂਰਜ ਦਿਖਾ ਰਹੀ ਹਾਂ ਤੁਹਾਨੂੰ, ਕਿੰਨਾ ਧੁੱਪ, ਪਿੱਛੇ ਸੂਰਜ, ਹਲੇ ਵੀ ਕਿੰਨੀ ਧੁੱਪ ਹੈ, ਅੱਖਾਂ ਨਹੀਂ ਖੁੱਲਦੀਆਂ ਪਈਆਂ। ਮੈਂ ਲਗਾਈ ਸੀ ਮਹਿੰਦੀ, ਦਿਖਦੀ ਆ ਕਿ ਨਹੀਂ ਦਿਖਦੀ, ਮਹਿੰਦੀ ਲਗਾਈ ਸੀ, ਸਿਰ ਤੋਂ ਕਹੀਆਂ, ਅਤੇ ਹੁਣ ਲਗਾਉਂਗੀ ਇੰਡੀਕੋ ਪਾਊਡਰ, ਵਿੱਚ ਇੰਨਾ ਦਿਖਦੀ ਨਹੀਂ ਪਈ। ਅੱਜ ਮੈਂ ਕਹੀ ਬਹੁਤ ਚਲਾਈ ਆ, 1 ਘੰਟੇ ਤੋਂ ਵੀ ਜ਼ਿਆਦਾ ਅੱਜ ਮੈਂ ਕਹੀ ਚਲਾਈ ਆ, ਬੜੀ ਦੇਰ ਬਾਅਦ। ਐਕਸਰਸਾਈਜ਼ ਚੰਗੀ ਹੋ ਗਈ, ਕਮਰ 'ਚ ਦਰਦ ਹੁੰਦਾ ਹੋਇਆ, ਮੈਂ ਸੋਚਿਆ ਚਲੋ ਥੋੜ੍ਹੀ ਸੈਰ ਕਰਦੇ ਹਾਂ ਅਤੇ ਸਰੀਰ ਸੈੱਟ ਜਿਹਾ ਹੋ ਜੂਗਾ। ਮੇਰੇ ਬੂਟੇ ਕਿੱਡੇ ਕਿੱਡੇ ਹੋ ਗਏ। ਮੇਰਾ ਭਰਾ ਆਇਆ ਸੀ, ਐਲੋਵੀਰਾ ਦੇ ਕੇ ਗਿਆ, ਮੈਂ ਐਲੋਵੀਰਾ ਮੰਗਾਈ ਸੀ ਉਹ ਤੋਂ, ਪੂਰਾ 1 ਥੈਲਾ ਭਰ ਕੇ ਦੇ ਕੇ ਗਿਆ। ਦਿਖ ਰਹੀ ਹੈ
उधर लगाई मैं नीचे लगाती आ, तो जी दूसरी सी लग नहीं सकती सी ओदी जैल कड के रखी है। पसीना देखो किदा रहा, गर्मी पसीना किदा रहा। तो मैं कर दी सैर थोड़ा जा तुर फिर लीए, नहीं तो थकावट हो जानी फिर कम भी नहीं होने है। धुप बहुत आ गए, ऐसा लगता जिदा दोपहर हो गए। साढ़े पड़ोसियों के घिया लग रहा, कुछ घिया लग रहा। तो साढ़े नीचे सीगे करेले दे, पहला असी सारिया पट्टियां क्योंकि नीचे सब सुपाण का डर हों, डर लगता क्यों मेरे भरा के घर आया सी इन्ना वड्डा, उन्होंने वीडियो भेजी उदों का मैनू लगा डर, मैं सारा कुछ पट्टा नीचे तो अज उ कम कर रही सी। किन्नी सफाई की, थोड़ी देर सैर करूँगी ताकि शरीर में जिहड़ी थकावट है तो ज़्यादा ना हो। वैसे सैर करने नाल थकावट ज़्यादा होंदी है, अगर मैं बैठ गई फिर मैं ज़्यादा थकावट हो जानी है, फिर उठने दिल नहीं करना है, इस करके शाम की रोटी सब्जी बनानी आ, ता करके थोड़ा जिहा शरीर नूं गर्म रखना है, एक्सरसाइज करनी आ। शर्मा जी भी आ गए तो साडे वाली साइड सारी साफ हो गई, पड़ोसियों का उतना ही खड़ा घा काफ़ी वड्डा वड्डा होया पिया। तो लॉकडाउन का इन्ना फायदा हो गया कि शर्मा जी टाइम सिर घर आ जाते हैं, नहीं तो टेंशन जी होंदी सी, नेरे हो जाते। शर्मा जी भी उपर ही आ गए, बच्चे भी आ गए, तो हूँ सारे बस थोड़ी देर टाइम बितावे उपर। वधिया लगता है फैमिली इकट्ठी हो, तो हूँ धुप घट गई आ, तो हवा चल रही है वधिया, उपर मौसम वधिया हो गया। बस मैं अपने गेड़े कढ़ी जाने, तुसी पूरी वीडियो देखोगे मैं गेड़े ही कढ़ रही हूँ, मैं बैठती घट हाँ वो इस करके क्योंकि मैं थकावट बहुत ज़्यादा हुई हुई है। शर्मा जी तो कह रहे थे कि ना नहीं करना चाहिए सी, थकावट हो जानी है, बीमार हो जाना। तो फिर मैं यह होंगे कि बाहर साफ सफाई जरूरी है, ये तो कह रहे थे किसी को बुलावे कौन कदों आऊगा कि टाइम लगना, इस करके मैं होंगे भी जोड़ा काम हो जाए नाल नाल वधिया है। मैं थोड़ी देर रस्सी टप्पनी है, बस मेरा चलता रहना है क्योंकि जिन्ना शरीर को फिट रखांगे उन्ना वधिया, नहीं तो फिर शरीर बीमारियों का घर बन के रह जाता। लॉकडाउन के थोड़े जे फायदे भी होए कि इंसान अपनी फैमिली नू टाइम दे सकता, पहला तो इन्होंने नेरे हो जाना, कोई टाइम नहीं हुंदा सी, कोई कुछ नहीं। हुण वधिया लगता है कि बच्चों के लिए टाइम साढ़े लिए टाइम कढ़ रहे, बहुत वधिया लगता। कुछ गल्लां च लॉकडाउन का फायदा होया तो कुछ गल्लां च लॉकडाउन करके नुकसान भी होया। तो बच्चों की पढ़ाइया खराब हो रही ने, तनखाहों पर असर पिया, कम्मां पर असर पिया, सब दे ते सब दे जान आन ते बहुत ज़्यादा असर होया। बस इंसान अगे सोचता सी कि मैं अपनी फैमिली नूं टाइम नहीं दे सकता, उपर वाले ने किसी बहाने हुण थोड़ा जिहा टाइम दिता है कि तुसीं अपनी फैमिली च टाइम बिताओ, बस यही फायदा होया, बाकी तो सब नुकसान ही आ।
ये हैगी वीडियो वीरवार की। उस दिन मेरा भरा आया सी ते उस दिन मैं जो बनाया सी बस वही तुहाडे नाल शेयर किया। होर ज़्यादा वीडियो तो मैं बना नहीं पाई। उस दिन मैं बनाया सी राजमा चावल आलू शिमला मिर्च शाही पनीर। मिठे दे विच जामणा सी इस करके गुलाब जामण, ते मैं मिठा दे विच बनाया नहीं हैगा कुछ भी। चटनी सी धनिया वाली सिरके वाले प्याज सीगे फुलके सी ते बहुत सिंपल खाना सी। दही मैं तां नहीं रखा क्योंकि मेरे भरा दा ऑपरेशन होया सी ते उन्हां दा दही बंद सीगा इस करके फिर मैं दही रखा नहीं ताकि सारे इक्को जिहा खाना खाण। डिनर थाली अपनी तैयार है जी, तुसीं भी खा लो। मैं गर्म गर्म फुलके बना रही सी ते नाल नाल ये खा रहे सीगे। मेरा भरा ते मेरा भतीजा है ते वीडियो बनाई सी शर्मा जी ने। मेरा भरा हस रहा सीगा कि तुसी वीडियो तां बनांदे पियो ते सबनों दिखाना कि सानू की खवाया सी, किन्नियां रोटियां खवाइयां सी। मैं कहा हाँ सानू दिखाना हुंदा कि कौन आया ते असी ने की बनाया। मैं कहा साडा कम है ते बस यही हासा मजाक चलदा सी भैण भरावां च चलदा रहिंदा है। ते हो सके जे रखड़ी ते गई फिर दिखाऊंगी इहनां दा घर तुहानू। जे तुहानू अज दी वीडियो वधिया लगी लाइक शेयर सबसक्राइब जरूर कर लियो। खुश रहो, अपना ते अपनी फैमिली दा ख्याल रखो। मिलती हाँ फिर आने वाली वीडियोज़, तद तक ली बाय बाय।